सर मसला तो यह है जो साड़ी यूक्रेन तो वापस परते ने जो यूक्रेन तो रशिया की लड़ाई तो बाद जो स्टूडेंट है वापस आए हैं तो साड़ी जो मेन गल है कि भी साड़ा पढ़ाई का मुद्दा है जिसलिए असं यूक्रेन गए सी तो वह साड़ी पढ़ाई हैगी वॉर के कारण साड़ी पढ़ाई का लॉस हो रहा है तो असं लखा रुपया वो ला के गए थे टाइम भी बहुत साड़ा चला गया तो हूँ सानू उत्थे पढ़ाई का कोई असर नहीं दिख रहा इसलिए असी आई डी सी साहब नू एक मंग पत्र देन आए सी जिहदे थ्रू डी सी साहब के थ्रू भी पंजाब सरकार ते सेंटर की सरकार नू भी साड़ी जो भी पढ़ाई हैगी वो साड़ी एक प्रकार तो भी इंडिया में चलाई जाए भी जिदा कल ही बैंगलोर की गवर्नमेंट ने किया है भी जो भी उत्थे दे स्टूडेंट्स सी कर्नाटका दे रहने वाले उन्हां सब दा भी जो स्टडी सी पेंडिंग सी वो सारी इंडिया में ही कंप्लीट कराई जाऊगी उदा ही सरकार ने खुद स्टेट के विच ही कराने का फैसला लिता है तो उन्होंने खुद नाल ही पी एम ओ मंग पत्र दिता है भी वो जो एन एम सी ने लॉ बनाया से भी जो स्टूडेंट्स ने भी वो आपकी पढ़ाई सारी बा एक कॉलेज तो ही कंप्लीट करके आए भी उन्होंने खारिज किया जाए तो उन्होंने जो स्टूडेंट्स आए ने यूक्रेन तो वार दे वार एक्ट के थ्रू तो आर्टिकल 21 के थ्रू भी उन्होंने इंडिया में स्टडी कंप्लीट करने की परमिशन दी जाए। ਅਸੀਂ ਸਾਡਾ ਇਹ ਮਸਲਾ ਸੀ ਕਿਉਂਕਿ ਅਸੀਂ ਪਹਿਲਾਂ ਤਾਂ ਬੜੀ ਮੁਸ਼ਕਿਲ ਨਾਲ ਜੋ ਇੰਡੀਆ 'ਚ ਐਮ ਬੀ ਬੀ ਐਸ ਹੈ ਉਹ ਅਫੋਰਡੇਬਲ ਨਹੀਂ ਤਾਂ ਕਰਕੇ ਸਾਨੂੰ ਬਾਹਰਲੇ ਦੇਸ਼ ਯੂਕਰੇਨ ਜਾਣਾ ਪਿਆ ਅਤੇ ਜੰਗ ਦੇ ਮਾਹੌਲ ਤੋਂ ਪਹਿਲਾਂ ਸਾਡੀ ਪੜ੍ਹਾਈ ਬਿਲਕੁਲ ਨੋਰਮਲ ਚੱਲ ਰਹੀ ਸੀ ਪਰ ਜਦੋਂ ਹੀ ਜੰਗ ਦਾ ਮਾਹੌਲ ਬਣਿਆ ਬੜੀ ਮੁਸ਼ਕਿਲ ਨਾਲ ਤਾਂ ਪਹਿਲਾਂ ਅਸੀਂ ਇੰਡੀਆ ਆਏ ਅਤੇ ਇੰਡੀਆ ਆਉਣ ਤੋਂ ਬਾਅਦ ਸਾਡੀ ਪੜ੍ਹਾਈ ਅਜੇ ਨੋਰਮਲ ਨਹੀਂ ਚੱਲ ਰਹੀ ਸੀ ਅਤੇ ਉਸੇ ਚੱਲਦੇ ਚੱਲਦੇ ਕਰਨਾਟਕਾ ਦੇ ਬੈਂਗਲੋਰ ਦੀ ਗਵਰਨਮੈਂਟ ਨੇ ਇੱਕ ਰਾਏ ਦਿੱਤੀ ਹੈ ਕਿ 700 ਬੱਚੇ ਜਿਹੜੇ ਇਹਨਾਂ ਦੇ ਉਹਨਾਂ ਨੂੰ ਇੰਡੀਆ 'ਚ ਟੈਂਪਰਰੀ ਬੇਸ 'ਤੇ ਐਡਮਿਸ਼ਨ ਕਰਾਈ ਜਾਏਗੀ ਅਤੇ ਉਹਨਾਂ ਦੀ ਪੜ੍ਹਾਈ ਕੰਟੀਨਿਊ ਉਸੇ ਮਾਮਲੇ 'ਚ ਅਸੀਂ ਡੀ ਸੀ ਸਾਹਿਬ ਨੂੰ ਮਿਲਣਾ ਸੀ ਕਿ ਇਹੋ ਜਿਹੀ ਕੋਈ ਮੁਹਿੰਮ ਪੰਜਾਬ ਦੇ ਵਿੱਚ ਬੱਚਿਆਂ ਦੀ ਵੀ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਅਸੀਂ ਡਾਕਟਰ ਬਣਨ ਦੀ ਸੋਚ ਕੇ ਗਏ ਸੀ ਅਤੇ ਅਜੇ ਸਾਡੀ ਪੜ੍ਹਾਈ ਨਹੀਂ ਚੱਲੀ ਸੀ ਤਾਂ ਅਸੀਂ ਕੀ ਭਰੋਸਾ ਦਵਾਇਆ ਡੀ ਸੀ ਸਾਹਿਬ ਡੀ ਸਾਹਿਬ ਨੇ ਇਹ ਕਿਹਾ ਕਿ ਹਾਂਜੀ ਤੁਹਾਡੀ ਮੀਟਿੰਗ ਜ਼ਰੂਰ ਜਲਦ ਤੋਂ ਜਲਦੀ ਕਰਾਈ ਜਾਏਗੀ ਉੱਪਰ ਸੀ ਐਮ ਸਾਹਿਬ ਨਾਲ ਕਰਾਈ ਜਾਏਗੀ ਹੈਲਥ ਮਿਨਿਸਟਰ ਜੀ ਨਾਲ ਕਰਾਈ ਜਾਏਗੀ ਸਾਨੂੰ ਹੌਸਲਾ ਦਿੱਤਾ ਜੀ। ਯੂਕਰੇਨ ਅਤੇ ਰਸ਼ੀਆ ਦਾ ਜੋ ਜੰਗ ਚੱਲ ਰਹੀ ਇਹਦੇ ਮਾਮਲੇ 'ਚ ਅਸੀਂ ਮਿਲਣ ਆਏ ਸੀ। ਮਾਮਲਾ ਇਹ ਹੈ ਕਿ ਸਾਡੇ ਬੱਚੇ ਯੂਕਰੇਨ ਦੇ ਵਿੱਚ ਐਮ ਬੀ ਬੀ ਐਸ ਕਰਨ ਲਈ ਗਏ ਹੋਏ ਸੀਗੇ ਉੱਥੇ ਹਾਲਾਤ ਬਹੁਤ ਖਰਾਬ ਹੋ ਗਏ ਉਹਨਾਂ ਨੂੰ ਜਾਨਾਂ ਬਚਾ ਕੇ ਆਉਣਾ ਬੜਾ ਮੁਸ਼ਕਲ ਹੋਇਆ ਬੜੀ ਮੁਸ਼ਕਲ ਨਾਲ ਆਏ ਨੇ ਪਰ ਹੁਣ ਅਸੀਂ ਮੰਗ ਕਰਨ ਆਏ ਸੀ ਜਿਵੇਂ ਕੱਲ੍ਹ ਹੀ ਫੈਸਲਾ ਕੀਤਾ ਕਰਨਾਟਕਾ ਸਰਕਾਰ ਨੇ ਵੀ ਉਹਨਾਂ ਟੈਂਪਰੇਰੀ ਤੌਰ 'ਤੇ ਆਪਣੀ ਸਟੇਟ ਦੇ ਵਿੱਚ ਆਪਣੀ ਸਟੇਟ ਦੇ ਬੱਚਿਆਂ ਨੂੰ ਟੈਂਪਰੇਰੀ ਦਾਖਲਾ ਦੇਣਗੇ ਅਸੀਂ ਵੀ ਚਾਹੁੰਦੇ ਹਾਂ ਪੰਜਾਬ ਸਰਕਾਰ ਵੀ ਸਾਡੇ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਟੈਂਪਰੇਰੀ ਦਾਖਲਾ ਦੇਵੇ ਅਤੇ ਉਹਦੀ ਪੜ੍ਹਾਈ ਚਾਲੂ ਕਰੇ ਤਾਂ ਜੇ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਕਿਉਂਕਿ ਅਸੀਂ ਬਹੁਤ ਜ਼ਿਆਦਾ ਪੈਸਾ ਲਾ ਕੇ ਵੀ ਮਿਡਲ ਕਲਾਸ ਹੋ ਜਾਣ ਦੇ ਬਾਵਜੂਦ ਵਿੱਚ ਤੋਂ ਬਾਹਰ ਪੈਸਾ ਲਾ ਕੇ ਡਾਕਟਰ ਬਣਾਉਣ ਦਾ ਸੁਪਨਾ ਦੇਖਿਆ ਸੀ ਬੱਚਿਆਂ ਨੇ ਡਾਕਟਰ ਬਣਨ ਦਾ ਸੁਪਨਾ ਦੇਖਿਆ ਸੀ ਉਹ ਸੁਪਨਾ ਪੂਰਾ ਹੋ ਸਕੇ ਅਤੇ ਆ ਕੇ ਆਪਣੇ ਦੇਸ਼ ਦੇ ਲੋਕਾਂ ਦੀ ਸੇਵਾ ਵੀ ਕਰ ਸਕਣ। ਥੈਂਕ ਯੂ। ਮਸਲਾ ਹੈ ਜੀ ਸਾਡੇ ਬੱਚੇ ਜੀ ਯੂਕਰੇਨ ਸਟੱਡੀ ਕਰਦੇ ਸੀ ਜੀ ਉੱਥੇ ਬਹੁਤ ਤਣਾਅ ਪੂਰਨ ਕਰ ਇੱਥੇ ਬੱਚੇ ਵਾਪਸ ਆ ਗਏ ਸੀ ਜੀ ਅਤੇ ਅਸੀਂ ਡੀ ਸਾਹਿਬ ਨੂੰ ਆਪਣੇ ਮੰਗ ਪਹਿਲੇ ਵੀ ਕਿਹਾ ਸੀ ਜੀ ਜਵਾਨੀ ਗਲਾਉਂਦੇ ਰਹੀ ਫੋਨ 'ਤੇ ਸਰਕਾਰ ਨੂੰ ਕਹਿੰਦੇ ਰਹੇ ਜੀ ਅਤੇ ਉਸ ਸੰਬੰਧ ਵਿੱਚ ਡੀ ਸਾਹਿਬ ਵੱਲੋਂ ਸਾਨੂੰ ਮਤਲਬ ਇੱਕ ਬੁਲਾਇਆ ਗਿਆ ਸੀ ਇੱਥੇ ਜੀ ਵੀ ਤੁਸੀਂ ਕੀ ਚਾਹੁੰਦੇ ਹੋ ਜੀ ਅਸੀਂ ਸਮੂਹ ਪੇਰੈਂਟਸ ਦੇ ਬੱਚਿਆਂ ਨੂੰ ਨਾਲ ਲੈ ਕੇ ਅਜੇ ਆਏ ਹਾਂ ਜੀ ਸਰਕਾਰ ਨੂੰ ਡੀ ਸਾਹਿਬ ਦੇ ਥੋੜ੍ਹੀ ਇੱਕ ਮੰਗ ਪੱਤਰ ਦਿੱਤੇ ਜੀ ਵੀ ਆਪਦੇ ਲੈਵਲ 'ਤੇ ਜੀ ਸਰਕਾਰ ਪ੍ਰਸ਼ਾਸਨ ਕੋਈ ਅਜਿਹਾ ਸਿਸਟਮ ਬਣਾਵੇ ਜੀ ਕਿਉਂਕਿ ਉੱਥੇ ਮਾਹੌਲ ਤਾਂ ਖਰਾਬ ਹੈ ਜੀ ਬੱਚੇ ਜਾ ਨਹੀਂ ਸਕਦੇ ਜੀ ਵੀ ਜਿੰਨੀ ਬੱਚੇ ਸਟੱਡੀ ਬਾਕੀ ਰਹਿ ਗਏ ਜੀ ਉਹ ਇੱਥੇ ਬੱਚੇ ਸਟੱਡੀ ਕਰਾਈਏ ਵੀ ਤਾਂ ਜੋ ਬੱਚੇ ਦਾ ਭਵਿੱਖ ਬਣਾ ਕੇ ਜੀ ਆਪਦੀ ਜੋ ਸੇਵਾ ਹੈ ਬੱਚੇ ਦੀ ਕਰ ਸਕਣ ਜੀ। ਇਹ ਤੁਹਾਨੂੰ ਪਤਾ ਹੀ ਯੂਕਰੇਨ 'ਚ ਜਿਹੜਾ ਵਾਰ ਚੱਲ ਰਹੀ ਹੈ ਅਤੇ ਸਾਡੇ ਮਾਨਸਾ ਜ਼ਿਲ੍ਹਾ ਦੇ ਵੀ ਤਕਰੀਬਨ 25 ਬੱਚੇ ਜਿਹੜੇ ਉੱਥੇ ਐਮ ਬੀ ਬੀ ਐਸ ਕਰਨ ਗਏ ਸੀ ਉਹ ਸੇਫਲੀ ਹੁਣ ਮਾਨਸਾ 'ਚ ਵਾਪਸ ਆ ਗਏ ਅਤੇ ਬੱਚਿਆਂ ਨੇ ਮੰਗ ਪੱਤਰ ਰਾਹੀਂ ਸਾਡੀ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਕਿਉਂਕਿ ਇਹ ਹੁਣ ਉੱਥੇ ਪੜ੍ਹਾਈ ਲਈ ਵਾਪਸ ਨਹੀਂ ਚਾਹੁੰਦੇ ਜਾਣਾ ਚਾਹੁੰਦੇ ਅਤੇ ਇਹਨਾਂ ਦੀ ਜਿਹੜੀ ਰਹਿੰਦੀ ਪੜ੍ਹਾਈ ਆ ਉਹ ਜਿਹੜੀ ਆ ਇੱਥੇ ਹੀ ਕਰਵਾਈ ਜਾਵੇ। ਇਸ ਸੰਬੰਧੀ ਇਹਨਾਂ ਮੰਗ ਪੱਤਰ ਦਿੱਤਾ ਉਸੀ ਜਿਹੜੀ ਪੰਜਾਬ ਸਰਕਾਰ ਨੂੰ ਅਤੇ ਸੈਂਟਰ ਸਰਕਾਰ ਨੂੰ ਇਹਨਾਂ ਦੀ ਬੇਨਤੀ ਭੇਜ ਰਹੇ ਹਨ।